ਮੈਂ ਸੋਚਿਆ ਹੁਣ ਕਲਵੰਤ ਸਿੰਘ ਦਾ ਕਿਤੇ ਏਅਰਪੋਰਟ ਦੀ ਗੱਲ ਨਾ ਕਰ ਰਹੇ ਕਿ ਏਅਰਪੋਰਟ ਵੀ ਬਣਾਉਂਦੇ ਸਹੀ ਹੈ ਸਰਕਾਰੀਓ ਬਜ਼ੁਰਗੋ ਨੌਜਵਾਨ ਵੀਰੋ ਮੇਰੀਓ ਮਾਤਾਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਰਾਮ ਰਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਬਹੁਤ ਹੀ ਸਤਿਕਾਰਯੋਗ ਰਣਜੀਤ ਕੌਰ ਪੱਟੀ ਜੀ, ਤੁਹਾਡੇ ਹਲਕੇ ਦੇ ਇੰਚਾਰਜ, ਮੇਰਾ ਭਰਾ ਕੁਲਵੰਤ ਸਿੰਗਲਾ, ਪੂਰੇ ਭਰਾ ਬਾਹ ਬਣ ਕੇ ਪੂਰਾ ਲੜਾਈ ਲੜ ਰਿਹਾ ਔਰ ਮੇਰਾ ਸਾਥ ਦੇ ਰਿਹਾ ਹੈ, ਧੰਨਵਾਦੀ ਹੈ ਕੁਲਵੰਤ ਸਿੰਗਲਾ ਜੀ ਦਾ, ਮੇਰੇ ਭਰਾ ਦਾ। ਬਲਾਕ ਦੇ ਪ੍ਰਧਾਨ, ਜ਼ਿਲ੍ਹਾ ਪਰਿਸ਼ਦ ਮੈਂਬਰ, ਐਮ ਸੀ ਸਾਹਿਬਾਨ, ਕਾਂਗਰਸ ਸਾਡੇ ਕਾਂਗਰਸ ਸਾਹਿਬ ਆਏ ਆ, ਜੋਰਵ ਜੀ ਆਏ, ਮਿਊਨਸਪੈਲਿਟੀ ਦੇ ਪ੍ਰਧਾਨ, ਸਾਰੇ ਐਮ ਸੀ ਸਾਹਿਬਾਨ, ਹੋਰ ਕਾਂਗਰਸ ਪਾਰਟੀ ਦੇ ਅਹੁਦੇਦਾਰ ਸਾਹਿਬਾਨ, ਪੱਤਰਕਾਰ ਸਾਥੀਓ, ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਮੈਨੂੰ ਕਾਫੀ ਦੇਰ ਤੋਂ ਉਡੀਕ ਰਹੇ ਹੋ। ਮੈਂ ਰਾਜਾ ਵੜਿੰਗ ਇਸ ਕਾਬਲ ਨਹੀਂ ਹਾਂ, ਜਿੰਨਾ ਤੁਸੀਂ ਮੈਨੂੰ ਪਿਆਰ ਦਿੱਤਾ ਭਾਈ ਜੀ। ਪਲੀਜ਼ ਯਾਰ, ਤੁਸੀਂ ਬਹਿ ਜਾਓ, ਸਰਦਾਰ ਸਾਹਿਬ ਥੋੜ੍ਹਾ ਪਿੱਛੇ। ਮੈਂ ਇਸ ਕਾਬਲ ਨਹੀਂ ਹਾਂ ਜਿੰਨਾ ਤੁਸੀਂ ਮੈਨੂੰ ਪਿਆਰ ਦਿੱਤਾ ਹੈ। ਪਰਮਾਤਮਾ ਮੇਰੇ ਤੇ ਕਿਰਪਾ ਕਰੇ, ਮੈਂ ਤੁਹਾਡਾ ਬ੍ਰਿਤੀ ਵਾਲਿਆਂ ਦਾ ਸਾਹਮਣਾ ਹੋ ਸਕਾਂ। ਮੈਨੂੰ ਮੇਰਾ ਅਕਾਲ ਪੁਰਖ ਸੱਚੇ ਪਾਤਸ਼ਾਹ ਬਜਰੰਗ ਬਲੀ ਗੁਰੂ ਨਾਨਕ ਸਾਹਿਬ ਸ਼ੇਰਾਂ ਦੀ ਮਾਤਾ ਕਿਰਪਾ ਕਰੇ ਕਿ ਮੈਂ ਬ੍ਰਿਤੀ ਵਾਲੇ ਦਾ ਸਾਹਮਣਾ ਹੋ ਸਕਾਂ। ਦੋਸਤੋ, ਰਾਜਾ ਬਲੀ ਕੌਣ ਹੈ ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਚਾਹੁੰਦਾ, ਕਿਉਂਕਿ ਤੁਸੀਂ ਮੇਰੇ ਨਾਲ ਰਿਸ਼ਤਾ ਬਣਾਉਣਾ ਚਾਹੁੰਦੇ ਹੋ। ਕਈ ਲੋਕ ਮੇਰੇ ਬਾਰੇ ਜਾਣਦੇ ਹੈ, ਕਈਆਂ ਨੂੰ ਲੱਗਦਾ ਕਿ ਕੌਣ ਇਹ ਨੌਜਵਾਨ। ਮੈਂ ਗਿੱਦੜਬੇ ਦਾ ਰਹਿਣ ਵਾਲਾ ਹਾਂ, ਮੇਰਾ ਪਿੰਡ ਵੜਿੰਗ ਹੈ, ਗਿੱਦੜਬਾ ਤੋਂ 2 ਵਾਰ MLA ਬਣ ਚੁੱਕਿਆ, ਇੱਕ ਵਾਰੀ 2012 'ਚ ਔਰ ਇੱਕ ਵਾਰੀ 2017 'ਚ। ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਕਿਸੇ MLA ਦਾ ਮੁੰਡਾ, ਮੰਤਰੀ ਦਾ ਮੁੰਡਾ, ਕਿਸੇ ਚੇਅਰਮੈਨ ਦਾ ਮੁੰਡਾ, ਕੋਈ ਕਹਿੰਦਾ ਫਰੀਦਕੋਟ ਦਾ ਰਾਜਾ ਹੈ। ਮੇਰੀ ਮਾਂ ਨੇ ਮੇਰਾ ਨਾਂ ਰਾਜਾ ਰੱਖਤਾ ਸੀ, ਨਾ ਮੈਂ ਰਾਜਾ ਹੈ।
ਨਾ ਕੋਈ ਅਸੀਂ ਗੱਲ ਹੈ, ਨਾ ਮੇਰਾ ਬਾਪ ਕਦੇ ਕੋਈ ਮੈਂਬਰ ਪੰਚਾਇਤ ਵੀ ਰਿਹਾ। ਮੈਂ ਤਾਂ ਇਕੱਲੇ ਕਹਿ ਰਹੇ ਨੇ ਸਿਆਸਤ ਸ਼ੁਰੂ ਕੀਤੀ ਸੀ, ਬਾਪੀ ਨੂੰ ਰੰਗ ਭਾਗ ਲਾ ਕੇ ਤੇ ਰਾਜਾ ਬੜੀ MLA ਬਣ ਗਿਆ। ਮੈਂ 6 ਸਾਲ ਦਾ ਸੀ ਜਦੋਂ ਮੇਰੀ ਮਾਂ ਦੀ ਮੌਤ ਹੋ ਗਈ। ਮੈਂ 8 ਸਾਲ ਦਾ ਸੀ ਜਦੋਂ ਮੇਰੇ ਪਿਤਾ ਚਲੇ ਗਏ। ਦਾਦਾ ਦਾਦੀ ਪਹਿਲਾਂ ਚੜ੍ਹਾਈ ਕਰ ਗਏ ਸਨ, ਨਾਨਕਿਆਂ ਦੇ ਕੋਲ ਕਹਿੰਦਾ ਰਿਹਾ ਕਿ ਪੜ੍ਹਿਆ ਨਾ ਕੋਈ ਵੱਡਾ ਭਰਾ, ਇੱਕ ਵੱਡੀ ਭੈਣ ਹੈ 2.5 ਸਾਲ ਵੱਡੀ ਹੈ, ਆਈ ਵੀ ਹੈ ਬੇਟੇ ਮਾਨਸੇ, ਨਾ ਕੋਈ ਤਾਇਆ ਤੇ ਨਾ ਕੋਈ ਚਾਚਾ। ਨਿੱਕੇ ਨਿੱਕੇ ਹੁੰਦੇ ਆਪਦੀ ਨਾਨੀ ਨਾਲ ਜੱਫੀ ਪਾ ਕੇ ਸੌਂਦੇ ਸੀ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ। ਮੈਨੂੰ ਇੱਕ ਹੀ ਗੱਲ ਯਾਦ ਹੈ ਜਦੋਂ ਮੈਂ 6 ਸਾਲ ਦਾ ਸੀ, ਸਿਰਫ ਇੱਕ ਗੱਲ, ਮੈਂ ਆਪਦੀ ਨਾਨੀ ਨੂੰ, ਅਸੀਂ ਦੋਵੇਂ ਭੈਣ ਭਰਾ ਵਾਲੇ ਰਾਤ ਨੂੰ 12-1 ਵਜੇ ਉੱਠਣਾ, ਯਾਦ ਥੋੜ੍ਹੀ ਨਾਨੀ, ਤੇ ਆਪਦੀ ਨਾਨੀ ਨੂੰ ਕਹਿਣਾ ਨਾਨੀ ਜੀ ਸਾਡੀ ਮੰਮੀ ਕਿੱਥੇ ਹੈ, ਤੇ ਸਾਡੀ ਨਾਨੀ ਨੇ ਸਾਨੂੰ ਜਵਾਬ ਦੇਣਾ ਤੇਰੀ ਮੰਮੀ ਗਰਾਂ ਗਈ ਵੀ ਹੈ, ਸੌਂਦਿਆਂ ਚੁੱਪ ਕਰਕੇ ਆ ਜੂਗੀ। ਬੇਸ਼ੱਕ ਨਾਨੀ ਨੇ ਬੜਾ ਪਿਆਰ ਦਿੱਤਾ, ਲੇਕਿਨ ਮਾਂ ਕੋਈ ਬਣ ਨਹੀਂ ਜਾਂਦਾ, ਮਾਵਾਂ ਅੱਖੀਆਂ ਛਾਵਾਂ ਛਾਵਾਂ ਕੌਣ ਕਰੇ। ਅੱਜ ਵੀ ਸੀਨੇ ਦੇ ਵਿੱਚ ਸੱਲ ਹੈ, ਜੇ ਮੈਨੂੰ ਰੱਬ ਪੁੱਛਦਾ ਕਿ ਤੈਨੂੰ ਮਾਂ ਚਾਹੀਦੀ ਹੈ, ਤੈਨੂੰ ਬਾਪ ਚਾਹੀਦਾ, ਕਿ ਤੈਨੂੰ MLA ਮੰਤਰੀ ਬਣਨਾ ਹੈ, ਤਾਂ ਮੈਂ ਰੱਬ ਨੂੰ ਕਹਿਣਾ ਸੀ ਮੈਨੂੰ ਮੇਰੀ ਮਾਂ ਚਾਹੀਦੀ ਹੈ, ਮੈਂ ਰੇੜੀ ਲਾ ਕੇ ਗੁਜ਼ਾਰਾ ਕਰ ਸਕਦਾ, ਪਰ ਮੇਰੀ ਮਾਂ ਤੇ ਮੇਰਾ ਮੈਨੂੰ ਮਾਫ਼ ਕਰੇ। ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ। ਮੈਂ ਰਾਜਨੀਤੀ ਚ ਆ ਗਿਆ, ਕਿਵੇਂ ਆਇਆ, ਐਵੇਂ ਨਾਰੇ ਲਾਇਆ ਕਰਦਾ ਸੀ, ਆਪਦੇ ਪੋਸਟਰ ਆਪ ਛਪਾਇਆ ਕਰਦਾ ਸੀ। ਮੇਰੇ ਕੋਲ ਪੈਸੇ ਨਹੀਂ ਸੀ ਪੋਸਟਰ ਚਿਪਕਾਉਣ ਨੂੰ, ਕਿਉਂਕਿ 1.5 ਰੁਪਏ ਦਾ ਪੋਸਟਰ ਬਣਦਾ ਸੀ ਤੇ ਰੁਪਿਆ ਚਿਪਕਾਉਣ ਵਾਲਾ ਲੈਂਦਾ ਸੀ। ਨਾਨੀ ਜੀ ਪੈਸੇ ਨਹੀਂ ਦਿੰਦੇ ਸੀ, ਲੜਦੇ ਸੀ, ਤੇ ਰਾਤ ਨੂੰ ਮੈਂ ਰੇੜੀ ਕਰਾਈ ਕਰਨੀ 100 ਰੁਪਏ ਖੋਤੀ ਰੇੜੀ, ਤੇ ਮੈਂ ਉਹਦੇ ਉੱਤੇ ਪੀਪਾ ਲੇਲੀ ਵਾਲਾ ਬਣਾ ਕੇ ਰੱਖਣਾ, ਤੇ ਸਾਰੀ ਰਾਤ ਮੈਂ ਤੇ ਇੱਕ ਮੇਰਾ ਬੇਲੀ ਆਪਦੇ ਪੋਸਟਰ ਆਪ ਹੀ ਚਿਪਕਾਇਆ ਕਰਦਾ ਸੀ, ਤੇ ਤੜਕੇ ਆਪਦੇ ਪੋਸਟਰਾਂ ਨੂੰ ਵੇਖ ਕੇ ਮੈਂ ਮਹਿਸੂਸ ਕਰਦਾ ਸੀ ਮੈਂ ਲੀਡਰ ਬਣ ਗਿਆ। ਤੇ ਰਾਜਾ ਵੜਿੰਗ ਜਿਹਨੂੰ ਨਾਨੀ ਮੇਰੀ ਕਹਿੰਦੀ ਸੀ ਵੇ ਰਾਜਾ, ਉਹ ਰਾਜਾ ਵੜਿੰਗ MLA ਗਿੱਦੜਬਾ ਰਾਜਾ ਸਾਹਿਬ ਬਣ ਗਿਆ। ਆਹ ਮੇਰੀ ਸਟੋਰੀ ਹੈ, ਆਹ ਮੇਰੀ ਕਹਾਣੀ, ਤੇ ਮੈਨੂੰ ਗਿੱਦੜਵੇ ਦੀ ਟਿਕਟ ਮਿਲਦੀ 2012 'ਚ। ਗਿੱਦੜਬਾ ਕਦੇ ਕੋਈ ਜਿੱਤ ਨਹੀਂ ਸਕਿਆ ਕਾਂਗਰਸ ਪਾਰਟੀ ਦਾ ਬੰਦਾ, ਸਰਦਾਰ ਬਿਆਨ ਸਿੰਘ ਦੀ ਚੁਣੀ ਚੋਣ ਲੜੇ ਪਰ ਜਿੱਤ ਨਹੀਂ ਸਕੇ। ਮੈਨੂੰ ਟਿਕਟ ਮਿਲ ਗਈ, ਬਾਦਲ ਸਾਹਿਬ 4 ਚੋਰਾਂ ਗਿੱਦੜਵੇ ਤੋਂ ਲੜੇ, ਹੋ ਗਿੱਦੜ ਦਾ ਗੜ ਹੈ ਬਾਦਲਾਂ ਦਾ, ਤੇ ਮੈਂ ਗਿਆ। ਜਿਹੜੀ 35 ਸਾਲ ਪੁਰਾਣੀ ਮੇਰੀ ਮਾਂ ਤੇ ਮੇਰਾ ਪਿਓ ਗੁਆਚੇ ਸੀ, ਉਹ ਮੈਨੂੰ ਗਿੱਦੜਵਾ 'ਚ ਮਿਲ ਗਏ। ਹਰ ਦੁਕਾਨ ਤੇ ਮੈਨੂੰ ਮੇਰਾ ਬਾਪ ਮਿਲਿਆ, ਹਰ ਘਰ ਦੇ ਵਿੱਚ ਮੈਨੂੰ ਮੇਰੀ ਮਾਂ ਮਿਲੀ, ਤੇ ਮੈਨੂੰ ਜੱਫੀਆਂ ਪਾ ਪਾ ਕੇ 14,000 ਵੋਟਾਂ ਦੇ ਫਰਕ ਨਾਲ ਮੈਨੂੰ ਪਹਿਲੀ ਵਾਰੀ ਚੋਣ ਜਿੱਤਾ ਦਿੱਤੀ, ਤੇ ਦੂਜੀ ਵਾਰੀ 19,000 ਦੇ ਦਿੱਤਿਆ। ਸੋ ਆਹ ਮੇਰੀ ਕਹਾਣੀ ਹੈ, ਤੇ ਅੱਜ ਮੈਨੂੰ ਫਕਰ ਮਹਿਸੂਸ ਹੋ ਰਿਹਾ ਹੈ ਕਿ ਮੈਂ
ਦੁਨੀਆਂ ਦੇ ਸਭ ਤੋਂ ਅਮੀਰ, ਦੁਨੀਆਂ ਦੇ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਦੇ ਨਾਲ ਚੋਣ ਲੜ ਰਿਹਾ ਹਾਂ। ਪੰਜਾਬ ਦਾ ਸਭ ਤੋਂ ਤਾਕਤਵਰ ਪਰਿਵਾਰ, ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਮੁੰਡਾ, ਡਿਪਟੀ ਮੁੱਖ ਮੰਤਰੀ, 9 ਸੈਂਟਰੀ ਮੰਤਰੀ, ਮਜੀਠਾ ਮੰਤਰੀ ਮੁੰਡੇ ਦਾ, ਸਾਰਾ ਮੰਤਰੀ, ਜਵਾਈ ਮੰਤਰੀ ਤੇ ਰਾਜੇ ਵਰਿੰਦ ਦਾ ਬਾਪ ਸੰਤਰੀ ਵੀ ਨਹੀਂ ਰਿਹਾ। ਮੈਂ ਉਹਨਾਂ ਲੋਕਾਂ ਦੇ ਖਿਲਾਫ ਚੁਣਾਵ ਲੜ ਰਿਹਾ। ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਹੈ ਕਿ ਮੈਨੂੰ ਗਰੂਰ ਹੈ ਮੇਰੇ ਪੈਸੇ ਦਾ, ਮੈਨੂੰ ਗਰੂਰ ਹੈ ਮੇਰੇ ਸਹੁਰੇ ਦਾ, ਮੈਨੂੰ ਗਰੂਰ ਹੈ ਮੇਰੇ ਘਰ ਵਾਲੇ ਦਾ, ਮੈਨੂੰ ਗਰੂਰ ਹੈ ਮੇਰੇ ਭਰਾ ਦਾ। ਤੇ ਮੈਂ ਉਹਨੂੰ ਕਹਿਣਾ ਕਿ ਮੈਨੂੰ ਗਰੂਰ ਹੈ ਪਰੇਟੀ ਵਾਲਿਆਂ ਦਾ। ਬੀਬੀ ਜੀ, ਤੇਰੀ ਤਰੀਕ ਨੂੰ ਤੁਹਾਨੂੰ ਮੈਂ ਦੱਸੂਗਾ, ਦੁਨੀਆਂ ਦੇ ਇਤਿਹਾਸ ਦੇ ਅੰਦਰ ਇੱਕ ਗੱਲ ਦਰਜ ਹੋ ਜਾਏਗੀ ਕਿ ਸੁਖਬੀਰ ਬਾਦਲ ਦਾ ਬਣਾਇਆ ਪੈਸਾ, ਸੁਖਬੀਰ ਬਾਦਲ ਦਾ ਕਮਾਇਆ ਕਾਲਾ ਧਨ, ਹੋਟਲ ਪੈਸਾ, ਰਿਜ਼ੋਰਟ, ਬੱਸਾਂ, ਕੇਬਲ ਨੈਟਵਰਕ, ਸਾਰਾ ਧਰਿਆ ਦਾ ਧਰਾਇਆ ਰਹਿ ਗਿਆ। ਜਦੋਂ 23 ਤਰੀਕ ਨੂੰ ਬਰੇਟੇ ਦੇ ਲੋਕਾਂ ਨੇ ਇੱਕ ਆਮ ਸਧਾਰਨ ਕਿਸਾਨ ਦੇ ਪੁੱਤ ਨੂੰ ਫਤਵਾ ਦਿੱਤਾ, ਬਾਦਲ ਦਾ ਸਾਰਾ ਸਰਮਾਇਆ ਧਰਿਆ ਧਰਾਇਆ ਰਹਿ ਜਾਏਗਾ। ਔਰ ਇਤਿਹਾਸ ਦੇ ਪੰਨਿਆਂ ਦੇ ਵਿੱਚ, ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੋ ਜਾਏਗਾ ਉਹ ਸਿਆਸਤਦਾਨ ਜਿਹੜੇ ਅੱਜ ਇਹ ਗੱਲ ਕਹਿੰਦੇ ਹੈ ਕਿ ਪੈਸੇ ਤੋਂ ਬਿਨਾਂ ਸਿਆਸਤ ਨਹੀਂ ਚੱਲਦੀ। ਇੱਕ ਨਵੇਂ ਰੀਤੀ ਰਿਵਾਜ, ਇੱਕ ਨਵੀਂ ਪਿੱਤ ਪਏਗੀ ਕਿ ਬਿਨਾਂ ਪੈਸੇ ਵਾਲਾ ਵਿਅਕਤੀ, ਬਿਨਾਂ ਪੈਸੇ ਵਾਲਾ ਵਿਅਕਤੀ, ਸਧਾਰਨ ਪੁੱਤਾ ਕਿਸਾਨ ਦੁਨੀਆਂ ਦੇ ਸਭ ਤੋਂ ਅਮੀਰ ਸਿੱਖ ਨੂੰ ਹਰਾ ਸਕਦਾ। ਮੇਰੇ ਸਰਕਾਰੀਓ ਭਰਾਓ, ਇਹ ਨਵਾਂ ਰਿਵਾਜ ਪਏਗਾ। ਸੋ ਮੈਂ ਤੁਹਾਡਾ ਨਿਮਾਣਾ ਮਿਲਦਾ ਹਾਂ, ਤੁਸੀਂ ਮੇਰੇ ਤੇ ਆਪ ਕਿਰਪਾ ਕਰਨੀ ਹੈ ਤੇ ਮੇਰੀ ਲੜਾਈ ਨਹੀਂ, ਇਹ ਰਜਵਾੜੇ ਸ਼ਹਿਰ ਦੇ ਖਿਲਾਫ ਲੜਾਈ ਹੈ, ਇਹ ਪਰਿਵਾਰਵਾਦ ਦੇ ਖਿਲਾਫ ਲੜਾਈ ਹੈ, ਇਹ ਕੁਰਮਾ ਪਰਵਰੀ ਦੇ ਖਿਲਾਫ ਲੜਾਈ ਹੈ, ਇਹ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੇ ਖਿਲਾਫ ਲੜਾਈ ਹੈ, ਇਹ ਗਰੀਬਾਂ ਦੇ ਹੱਕ ਦੀ ਲੜਾਈ ਹੈ, ਇਹ ਪੰਜਾਬ ਦੇ ਵਿੱਚ ਨਸ਼ੇ ਫੈਲਾਉਣ ਵਾਲਿਆਂ ਦੇ ਖਿਲਾਫ ਲੜਾਈ ਹੈ, ਇਹ ਪੰਜਾਬ ਦੇ ਵਿੱਚ ਗੈਂਗਸਟਰ ਫੈਲਾਉਣ ਵਾਲਿਆਂ ਦੇ ਖਿਲਾਫ ਲੜਾਈ ਹੈ, ਇਹ ਪੰਜਾਬ ਨੂੰ ਲੁੱਟਣ ਵਾਲਿਆਂ ਦੇ ਖਿਲਾਫ ਲੜਾਈ ਹੈ, ਇਹ ਹੱਕ ਤੇ ਸੱਚ ਦੀ ਲੜਾਈ ਹੈ। ਮੇਰੇ ਸਰਕਾਰੀ ਭਰਾਓ, ਇਸ ਲੜਾਈ ਦੇ ਵਿੱਚ, ਇਸ ਫੈਸਲਾ ਕੁੰਨ ਲੜਾਈ ਦੇ ਵਿੱਚ ਤੁਸੀਂ ਮੇਰਾ ਸਾਥ ਦਿਓ ਤਾਂ ਜੋ ਦੁਨੀਆਂ ਇਹ ਗੱਲ ਕਹੇ ਕਿ ਜਿਹੜਾ ਲੁੱਟ ਦਾ ਮਾਲ ਬਾਦਲ ਵਾਲਿਆਂ ਨੇ ਕਮਾਇਆ, ਲੋਕਾਂ ਦਾ ਖੂਨ ਚੂਸ ਚੂਸ ਕੇ, ਲੋਕਾਂ ਨੇ ਉਹਨਾਂ ਦੀ ਛਾਤੀ ਤੇ ਪੈਰ ਰੱਖ ਕੇ ਇੱਕ ਆਮ ਸਧਾਰਨ ਪਰਿਵਾਰ ਦੇ ਮੁੰਡੇ ਨੂੰ ਜਿਤਾਉਣ ਦਾ ਕੰਮ ਕੀਤਾ, ਇਹ ਸੁਨੇਹਾ ਤੁਸੀਂ ਦੇਣਾ ਚਾਹੁੰਦੇ। ਸੋ ਮੇਰੇ ਸਰਕਾਰਯੋਗ ਬਰੇਟੇ ਦੇ ਲੋਕੋ, ਮੈਨੂੰ ਯਾਦ ਆ ਰਿਹਾ ਭਗਤ ਸਿੰਘ, ਮੈਂ ਭਗਤ ਸਿੰਘ ਤਾਂ ਨਹੀਂ ਬਣ ਸਕਦਾ, ਨਾ ਭਗਤ ਸਿੰਘ ਦੇ ਪੈਰਾਂ ਦੇ ਥੱਲੇ ਪਈ ਮਿੱਟੀ ਨਹੀਂ ਬਣ ਸਕਦਾ, ਲੇਕਿਨ ਮੈਨੂੰ ਯਾਦ ਹੈ ਭਗਤ ਸਿੰਘ ਦੀ ਉਹ ਕਹਾਣੀ। ਭਗਤ ਸਿੰਘ ਦੀ ਮਾਂ ਨੇ ਭਗਤ ਸਿੰਘ ਨੂੰ ਇੱਕ ਵਾਰੀ ਕਿਹਾ
ਕਿ ਭਗਤ ਸਿੰਘਾ ਮੈਂ ਤੇਰੀ ਜੰਗ ਵੇਖਣਾ ਚਾਹੁੰਦੀ ਹਾਂ, ਮੈਂ ਤੇਰੇ ਬੱਚਿਆਂ ਨੂੰ ਖਿਡਾਉਣਾ ਚਾਹੁੰਦੀ ਹਾਂ, ਮੈਂ ਚਾਹੁੰਦੀ ਹਾਂ ਕਿ ਤੂੰ ਮੇਰੀ ਅਰਥੀ ਨੂੰ ਕੰਧਾ ਦੇਵੇਂ। ਤੇ ਭਗਤ ਸਿੰਘ ਨੇ ਅੱਗੋਂ ਜਵਾਬ ਦਿੱਤਾ, ਮਾਂ ਮੇਰੀਏ ਮੇਰਾ ਵਿਆਹ ਫਾਂਸੀ ਦੇ ਫੰਦੇ ਨਾਲ ਹੋ ਚੁੱਕਿਆ ਹੈ, ਮੈਂ ਮਰਨਾ ਚਾਹੁੰਦਾ ਹਾਂ ਪਰ ਮਰ ਕੇ ਦੁਬਾਰੇ ਜਨਮ ਲੈਣਾ ਚਾਹੁੰਦਾ ਹਾਂ, ਮੈਂ ਦੇਸ਼ ਦੀ ਖਾਤਰ ਵਾਰ ਵਾਰ ਜੰਮਾਂ ਤੇ ਵਾਰ ਵਾਰ ਮਰਾਂ, ਇਹ ਮੇਰੀ ਇੱਛਾ ਹੈ। ਮੇਰੇ ਸਤਿਕਾਰਯੋਗ ਬਰੇਟੇ ਦੇ ਲੋਕੋ, ਮੇਰੀ ਵਾਰ ਵਾਰ ਐਮਪੀ ਬਣਨ ਦੀ ਇੱਛਾ ਨਹੀਂ ਹੈ, ਮੇਰੀ ਮੰਤਰੀ ਬਣਨ ਦੀ ਇੱਛਾ ਨਹੀਂ ਹੈ, ਮੇਰੀ MLA ਵਾਰ ਵਾਰ ਬਣਨ ਦੀ ਇੱਛਾ ਨਹੀਂ ਹੈ। ਮੇਰੀ ਇੱਛਾ ਹੈ ਕਿ ਮੈਂ 23 ਤਰੀਕ ਨੂੰ ਇਹਨਾਂ ਸਰਮਾਏਦਾਰਾਂ ਦੀ ਇਹਨਾਂ ਦਾ ਚੱਕਰ ਪੁੱਠਾ ਕਰਦਿਆਂ, ਮੇਰੀ ਇਹ ਇੱਛਾ ਹੈ ਕਿ ਲੋਕ ਕਹਿਣ ਕਿ ਸਰਮਾਏਦਾਰਾਂ ਦੇ ਖਿਲਾਫ, ਲੁੱਟ ਦੇ ਪੈਸੇ ਵਾਲਿਆਂ ਦੇ ਖਿਲਾਫ ਰਾਜੇ ਵਿਰਿੰਗ ਨੇ ਲੜਾਈ ਲੜੀ ਸੀ। ਨਹੀਂ ਤਾਂ MP ਬੜੇ ਬੜਿਆਂ ਕਰਦੇ ਹੈ, MLA ਬੜੇ ਬੜਿਆਂ ਕਰਦੇ ਹੈ, ਮੰਤਰੀ ਬੜੇ ਬੜਿਆਂ ਕਰਦੇ ਹੈ, ਲੋਕ ਕੋਈ ਨਹੀਂ ਯਾਦ ਕਰਦੇ, ਲੋਕ ਉਹਨਾਂ ਨੂੰ ਯਾਦ ਕਰਦੇ ਹੈ ਜਿਹੜੇ ਇਤਿਹਾਸ ਰਚਿਆ ਕਰਦੇ ਹੈ। ਇਹ ਇਤਿਹਾਸ ਰਚਣ ਦੀ ਗੱਲ ਹੈ ਮੇਰੇ ਸਰਕਾਰੀ ਉਪਰਾਓ, ਮੈਂ ਕੱਲਾ ਕਹਿ ਰਿਹਾ ਤੁਰਿਆ ਸੀ, ਲੋਕ ਜੁੜਦੇ ਗਏ, ਕਾਰਵਾ ਬਣਦਾ ਗਿਆ। ਮੇਰੇ ਸਰਕਾਰੀ ਉਪਰਾਓ, ਮੈਨੂੰ ਯਾਦ ਹੈ ਕਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਨੇ ਲੋਕ ਨੌਜਵਾਨਾਂ ਦੀਆਂ ਰਗਾਂ ਦੇ ਵਿੱਚ ਜ਼ਹਿਰ ਭਰਿਆ। ਪੁੱਛ ਕੇ ਵੇਖੋ ਉਹਨਾਂ ਮਾਵਾਂ ਨੂੰ ਜਿਨ੍ਹਾਂ ਦੇ ਪੁੱਤ ਨਸ਼ੇ ਦੀ ਲੱਤ ਦੇ ਵਿੱਚ ਚਲੇ ਗਏ, 9 ਮਹੀਨੇ ਆਪਣੇ ਪੁੱਤਰ ਨੂੰ ਪੇਟ 'ਚ ਰੱਖ ਕੇ ਜਨਮ ਦਿੱਤਾ, 2 ਮਹੀਨੇ ਪੇਟ 'ਚ ਰੱਖ ਕੇ ਜਨਮ ਦਿੱਤਾ, ਨਿਤ ਮਰਦੀ ਰਹੀ, ਨਿਤ ਜਿਉਂਦੀ ਰਹੀ, ਲੇਕਿਨ ਅੰਤਰ ਆਪਦੇ ਬੱਚੇ ਦਾ ਜਦੋਂ ਚਿਹਰਾ ਵੇਖਿਆ, ਉਹਦੀ ਮਾਂ ਦੀ ਸਾਰੀ ਥਕਾਨ ਉੱਤਰ ਜਾਂਦੀ ਸੀ। ਉਹ ਮਾਂ ਨੂੰ ਪੁੱਛ ਕੇ ਵੇਖੋ, ਜਦੋਂ ਆਪਦੇ ਬੱਚੇ ਨੂੰ ਨਸ਼ੇ ਦਾ ਆਦੀ ਹੁੰਦਿਆਂ ਵੇਖ ਕੇ ਔਰ ਫਿਰ ਸ਼ਮਸ਼ਾਨ ਘਾਟ ਦੇ ਵਿੱਚ ਅਗਨੀ ਦੇ ਕੇ ਆਈ, ਉਸ ਮਾਂ ਹੀ ਦੱਸ ਸਕਦੀ ਹੈ ਕਿ ਮੈਨੂੰ ਮੇਰੇ ਪੁੱਤ ਦਾ ਕੀ ਦੁੱਖ ਹੈ। ਸੋ ਮੇਰੇ ਸਰਕਾਰੀ ਉਪਰਾਓ, ਇਹ ਉਹਨਾਂ ਲੋਕਾਂ ਦੇ ਖਿਲਾਫ ਲੜਾਈ ਹੈ, ਆਓ ਰੰਗ ਮਿਲ ਕੇ ਇਸ ਲੜਾਈ ਦੇ ਵਿੱਚ ਤੁਸੀਂ ਆਪਦਾ ਯੋਗਦਾਨ ਪਾ ਕੇ ਇਸ ਆਪਦੇ ਨਮਾਣੇ ਦਤਾਣੇ ਭਰਾ ਨੂੰ ਕਾਮਯਾਬ ਬਣਾਓ। ਮੈਂ ਬਾਹਰੀਆਂ ਗੱਲਾਂ ਨਾ ਕਰਦਾ ਹੋਇਆ, ਦੇਖਿਓ ਕਿਤੇ ਸਰਮਾਏਦਾਰਾਂ ਦਾ ਦੁਬਾਰੇ ਕੰਮ ਹਾਵੀ ਨਾ ਹੋ ਜੇ, ਦੇਖੋ ਕਿਤੇ ਪੈਸੇ ਦੇ ਬਲਬੂਤੇ ਤੇ, ਤਾਕਤ ਦੇ ਬਲਬੂਤੇ ਤੇ ਕਿਸੇ ਆਮ ਸਧਾਰਨ ਕਿਸਾਨ ਦੇ ਪੁੱਤ ਨੂੰ ਉਹ ਦਬਾ ਨਾ ਲੈਣ। ਤੁਸੀਂ ਮੇਰਾ ਸਾਥ ਦੇਣਾ ਹੈ, ਮੈਨੂੰ ਪੂਰਨ ਉਮੀਦ ਹੈ ਮੈਂ ਤੁਹਾਡੇ ਸਿਰ ਤੇ ਉੱਡਦਾ ਮੇਰੇ ਸਰਕਾਰੀ ਉਪਰਾਓ। ਪਰ ਜਿੱਥੋਂ ਤੱਕ ਕੰਮਾਂ ਕਾਰਾਂ ਦਾ ਸਵਾਲ ਹੈ, ਆ ਨਰਿੰਦਰ ਮੋਦੀ ਜੀ ਦੀ ਸਰਕਾਰ ਬਣੀ, ਇਹ ਉਹਨਾਂ ਦੇ ਭਾਈ ਬਣ ਗਏ, ਬੜਾ ਨੌਟੰਕੀ ਆਦਮੀ ਹੈ ਮੇਰੇ ਸਰਕਾਰੀ ਉਪਰਾਓ। ਮੈਂ ਉਹਦਾ ਭਾਸ਼ਣ ਸੁਣ ਕੇ ਪਹਿਲਾਂ ਮੈਨੂੰ ਲੱਗਦਾ ਸੀ ਕਿ ਇਹ ਦੇਸ਼ ਦੀ ਲੁਹਾਰ ਬਦਲੇਗਾ, ਮੈਨੂੰ ਲੱਗਦਾ ਸੀ ਇਹ ਕਿਸਾਨਾਂ ਦੀ ਲੁਹਾਰ ਬਦਲੇਗਾ, ਲੇਕਿਨ ਜਿਸ ਤਰ੍ਹਾਂ ਇਸ ਦੇਸ਼ ਨੂੰ ਕੰਗਾਲ ਕਰਨ ਦਾ ਕੰਮ BJP ਸਰਕਾਰ ਨੇ ਕੀਤਾ ਹੈ, ਉਹ ਤੁਹਾਡੇ ਸਾਹਮਣੇ ਹੈ। ਐਸਾ ਨੌਟੰਕੀ ਆਦਮੀ ਜਿਸਨੇ ਭਾਈ ਨੂੰ ਭਾਈ ਨਾਲ ਲੜਾਤਾ, ਜਿਸਨੇ ਜਾਤ ਪਾਤ ਦੇ ਫਰਕ ਪਾਤੇ, ਜਿਸਨੇ ਮੰਦਿਰ ਮਸਜਿਦ ਦਾ ਨਾਂ ਲੈ ਕੇ ਲੋਕਾਂ ਦੇ ਵਿੱਚ ਇੱਕ ਨਫ਼ਰਤ ਪੈਦਾ ਕਰਤੀ, ਐਸੇ ਵਿਅਕਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣ ਤੋਂ ਅਗਰ ਰੁਕਣਾ, ਆਓ ਰਲ ਮਿਲ ਕੇ ਸਭ ਲੋਕ ਤਿਆਰ ਕਰੀਏ, ਦੁਬਾਰੇ ਹੱਸਦਾ ਵਸਦਾ ਉਹੀ ਦੇਸ਼,
ਜਿਸ ਦੇਸ਼ ਦੇ ਲੋਕ ਇਕੱਠੇ ਹੋ ਕੇ ਬੈਠ ਕੇ ਇਸ ਦੇਸ਼ ਦੀ ਲੜਾਈ ਲੜਿਆ ਕਰਦੇ ਸਨ, ਆਓ ਅਗਰ ਉਹਨਾਂ ਨੂੰ ਦੁਬਾਰਾ ਇਕੱਠਾ ਕਰਨਾ ਚਾਹੁੰਦੇ ਹੋ ਤਾਂ ਆਪਾਂ ਇਹਨਾਂ ਸਰਕਾਰਾਂ ਨੂੰ ਚੰਗਾ ਕਰੀਏ। ਨਰਿੰਦਰ ਮੋਦੀ ਜੀ, ਤੁਹਾਡੇ ਰਾਜ ਦੇ ਅੰਦਰ ਜੋ ਲੋਕਾਂ ਦੇ ਨਾਲ ਹੋਇਆ ਲੋਕ ਜਾਣਦੇ ਨੇ, ਅੱਜ ਡੀਜ਼ਲ ਦਾ ਕੀ ਭਾਅ ਹੈ। ਕਾਂਗਰਸ ਦੇ ਰਾਜ ਦੇ ਅੰਦਰ ਡੀਜ਼ਲ ਦਾ ਭਾਅ 42 ਰੁਪਏ ਹੋਇਆ ਕਰਦਾ ਸੀ, ਅੱਜ 67 ਰੁਪਏ ਡੀਜ਼ਲ ਦਾ ਭਾਅ ਹੈ। ਕਾਂਗਰਸ ਦੇ ਰਾਜ ਦੇ ਅੰਦਰ ਖਾਦ ਦਾ ਭਾਅ 500 ਰੁਪਇਆ ਹੋਇਆ ਕਰਦਾ ਸੀ, ਅੱਜ 1450 ਰੁਪਏ ਭਾਅ ਹੈ। ਕਾਂਗਰਸ ਕਈ ਕਈ ਨੌਜਵਾਨ ਮੁੰਡੇ ਮੈਨੂੰ ਪਿੰਡਾਂ ਦੇ ਵਿੱਚ ਸਵਾਲ ਕਰਦੇ ਹੈ ਕਿ ਭਾਈ ਸਾਹਿਬ 60 ਸਾਲਾਂ 'ਚ ਕਾਂਗਰਸ ਪਾਰਟੀ ਨੇ ਕੀ ਕੀਤਾ। ਫਿਰ ਮੈਂ ਉਹਨਾਂ ਨੂੰ ਦੱਸਦਾ ਕਿ ਸੂਈ ਤੋਂ ਲੈ ਕੇ ਜਹਾਜ਼ ਤੱਕ ਕਾਂਗਰਸ ਪਾਰਟੀ ਦੀ ਦੇਣ ਹੈ। 7 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਗੈਸ ਸਿਲੰਡਰ ਨੂੰ ਪਕੜ ਕੇ ਰੱਖਿਆ, 375 ਰੁਪਏ ਗੈਸ ਦੀ ਕੀਮਤ ਹੁੰਦੀ ਸੀ, 375 ਰੁਪਏ, ਅੱਜ 1011 ਰੁਪਏ ਹੈ ਮਗਰਲੇ 5 ਸਾਲਾਂ 'ਚ। ਤੇ ਨਰਿੰਦਰ ਮੋਦੀ ਦਾ ਰਾਜ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਗਏ ਹਨ, ਮੈਂ ਨਾਨਕ ਸੇ ਦੇਖੂੰਗਾ। ਲੋਕਾਂ ਨੂੰ ਇਸ ਤਰ੍ਹਾਂ ਮੂਰਖ ਬਣਾਇਆ ਗਿਆ, ਕਹਿੰਦੇ ਪਾਕਿਸਤਾਨ ਤੇ ਰਾਤੋ ਰਾਤ ਅਟੈਕ ਕਰਤਾ, ਕਿਸੇ ਨੇ ਨਹੀਂ ਕੀਤਾ, ਕੋਈ ਨਹੀਂ ਮਰਿਆ, ਕਿਸੇ ਨੇ ਅੱਤਵਾਦੀ ਨਹੀਂ ਮਾਰੇ, ਮੀਡੀਆ ਖਰੀਦ ਚੁੱਕੇ ਹੈ। ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਸਰਮਾਏਦਾਰਾਂ ਨਾਲ ਗੱਲ ਕਰਕੇ ਸਾਰੇ ਟੀਵੀ ਚੈਨਲ ਖਰੀਦੇ। ਇਸੇ ਕਰਕੇ ਰਵੀਸ਼ ਕੁਮਾਰ ਨੇ ਕਿਹਾ ਕਿ ਚੁਣਾਵ ਤੱਕ ਟੀਵੀ ਦੇਖਣਾ ਬੰਦ ਕਰ ਦਿਓ, ਕਿ ਸਾਰੇ ਚੈਨਲ, ਵੱਡੇ ਚੈਨਲ ਜਿਹੜੇ ਨੈਸ਼ਨਲ ਚੈਨਲ ਹੈ ਉਹ ਨਰਿੰਦਰ ਮੋਦੀ ਨੇ ਖਰੀਦੇ ਹੋਏ ਹੈ। ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਸਾਡਾ ਇੱਕ ਫੌਜੀ ਪਾਕਿਸਤਾਨ 'ਚ ਡਿੱਗਿਆ ਸੀ, ਉਹਦੀਆਂ ਵੀਡੀਓਜ਼ ਆਈਆਂ। ਅਗਰ 300 ਅੱਤਵਾਦੀ ਮਰਿਆ ਹੁੰਦਾ, ਤਾਂ ਉਹਨਾਂ ਦੀਆਂ ਵੀਡੀਓਜ਼ ਟੀਵੀ 'ਤੇ ਵਾਇਰਲ ਹੋਣੀਆਂ ਸੀ, ਲੇਕਿਨ ਲੋਕਾਂ ਨੂੰ ਪੁਲਵਾਮਾ ਦੇ ਨਾਂ 'ਤੇ ਭਾਵੇਂ ਕਰਕੇ ਲੋਕਾਂ ਨੂੰ ਨਰਿੰਦਰ ਮੋਦੀ ਮੂਰਖ ਬਣਾਉਣਾ ਚਾਹੁੰਦਾ ਹੈ। ਨਰਿੰਦਰ ਮੋਦੀ ਦੀ ਅਸਲੀਅਤ ਲੋਕ ਜਾਣ ਚੁੱਕੇ ਹੈ। ਆ ਨੋਟਬੰਦੀ ਹੋਈ, ਰਾਤੋ ਰਾਤ ਪੁਰਾਣੇ ਨੋਟ ਬੰਦ ਕਰ ਦਿੱਤੇ ਗਏ। ਕਿਹਾ ਗਿਆ ਕਿ ਜਿਹੜਾ ਕਾਲਾ ਧਨ ਹੈ ਉਹ ਵਾਪਸ ਬਾਜ਼ਾਰਾਂ ਦੇ ਵਿੱਚ ਮੈਂ ਆਏਗਾ, ਤੁਸੀਂ ਦੇਖੋਗੇ, ਅਮੀਰ ਗਰੀਬ ਹੋ ਜਾਏਗਾ, ਗਰੀਬ ਅਮੀਰ ਹੋ ਜਾਏਗਾ। ਲੇਕਿਨ ਕੀ ਹੋਇਆ, ਨੋਟਬੰਦੀ ਦੇ ਰਾਹੀਂ ਜੋ ਨੁਕਸਾਨ ਹੋਇਆ ਵਪਾਰੀਆਂ ਦਾ, ਜੋ ਨੁਕਸਾਨ ਹੋਇਆ ਦੁਕਾਨਦਾਰਾਂ ਦਾ, ਉਹਦੀ ਅੱਜ ਤੱਕ ਭਰਵਾਈ ਨਹੀਂ ਹੋ ਸਕੀ। ਰਹਿੰਦਾ ਖੁੰਦਾ ਮੇਰੀਆਂ ਮਾਵਾਂ ਨੇ ਜਿਹੜਾ ਪੈਸਾ ਜੋੜ ਕੇ ਰੱਖਿਆ ਸੀ ਆਪਦੀ ਧੀ ਨੂੰ ਦੇਣ ਵਾਸਤੇ, ਆਪਦੀ ਦੋਹਤੀ ਨੂੰ ਦੇਣ ਵਾਸਤੇ, ਉਹ ਵੀ ਕੱਢਣਾ ਪੈ ਗਿਆ। ਘਰੇ ਲੜਾਈ ਪੈ ਗਈ, ਲੋਕਾਂ ਦੀ ਆਪਸ ਕਲੇਸ਼ ਪੈ ਗਿਆ। 30-40 ਹਜ਼ਾਰ ਰੁਪਇਆ ਬੁੜੀਆਂ ਨੇ ਜੋੜਿਆ ਸੀ, ਉਹਨੇ ਤੇਰੇ ਡਾਕਾ ਮਾਰਿਆ। ਮੇਰੇ ਸਰਕਾਰੀ ਭਰਾਓ, GST ਲਗਾ ਦਿੱਤਾ ਗਿਆ। ਤੁਹਾਡੇ ਦੁਕਾਨਦਾਰ ਨੂੰ ਸਮਝ ਨਹੀਂ ਆਉਂਦੀ ਕਿ ਇਹ GST ਕੀ ਚੀਜ਼ ਹੈ। ਗੱਬਰ ਸਿੰਘ ਟੈਕਸ ਕੇਸ ਤੇ ਅੱਜ ਫਲਾਣੇ ਤੇ ਅੱਜ ਕਰਿਆਣੇ ਵਾਲੇ ਭਰਾ ਨੂੰ ਇੱਕ ਅਕਾਊਂਟੈਂਟ ਰੱਖਣਾ ਪੈ ਰਿਹਾ ਹੈ, ਔਰ ਅਕਾਊਂਟੈਂਟ ਉਹਦੀ ਉਨੀ ਕਮਾਈ ਨਹੀਂ ਜਿੰਨਾ ਅਕਾਊਂਟੈਂਟ ਲੈ ਜਾਂਦਾ ਹੈ। ਸੋ ਇਸ ਤਰ੍ਹਾਂ ਨਾਲ ਇਸ ਦੇਸ਼ ਦੀ ਅਰਥ ਵਿਵਸਥਾ ਨੂੰ ਬੜਾ ਨੁਕਸਾਨ ਹੋਇਆ ਹੈ ਨਰਿੰਦਰ ਮੋਦੀ ਦੇ ਰਾਜ 'ਚ। ਮੇਰੇ ਸਰਕਾਰੀ ਭਰਾਓ, ਭੁੱਲਿਓ ਨਾ ਬਰੇਟੇ ਵਾਲਿਓ, ਇਹ ਕਾਂਗਰਸ ਪਾਰਟੀ ਹੈ ਜਿਹੜੀ ਤੁਹਾਡੀ ਲੜਾਈ ਲੜ ਸਕਦੀ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਸਮਾਜ ਦੇ ਲਈ, ਲੋਕਾਂ ਦੇ ਲਈ, ਹਿੰਦੂ ਭਰਾਵਾਂ ਦੇ ਲਈ ਖੜੀ ਹੈ। ਮੈਨੂੰ ਯਾਦ ਹੈ 1992 ਦੇ ਉਹ ਦਿਨ, ਮੈਂ ਛੋਟਾ ਜਿਹਾ ਹੋਇਆ ਕਰਦਾ ਸੀ, ਜਦੋਂ ਪਤਾ ਚੱਲਦਾ ਸੀ, ਸਨੇਹਾ ਲੱਗਦਾ ਸੀ, ਅੱਜ ਬਰੇਟੇ ਦੇ ਹਿੰਦੂ ਭਰਾਵਾਂ 'ਤੇ
ਅੱਤਵਾਦੀਆਂ ਨੇ ਅਟੈਕ ਕਰਤਾ, ਕਈਆਂ ਨੂੰ ਮਾਰ ਮੁਕਾਇਆ। ਇੱਕ ਕਹਿੰਦੇ ਸੀ ਅੱਤਵਾਦੀ ਕਿ ਜਿਹੜਾ ਜਿਹੜਾ ਡੋਲੀ ਲੈ ਕੇ ਜਾਏਗਾ ਉਹਨੂੰ ਗੋਲੀ ਮਾਰ ਦਿੱਤੀ ਜਾਏਗੀ, ਜਿਹੜਾ ਘੋੜੀ ਚੜੇਗਾ ਉਸ ਹਿੰਦੂ ਦੀ ਅਰਥੀ ਜਾਏਗੀ। ਹਿੰਦੂਆਂ ਨੂੰ ਇਹ ਕਿਹਾ ਗਿਆ ਸੀ ਛੱਡ ਜਾਓ ਪੰਜਾਬ, ਪਰ ਕਈ ਲੋਕ ਬੇਟਾ ਮੁਕਤਸਰ ਗਿੱਦੜਵਾ ਰਾਮਾ ਮੰਡੀ ਦੇ ਸੇ ਆਪਣੀਆਂ ਮੰਡੀਆਂ ਛੱਡ ਕੇ ਦਿੱਲੀ ਚਲੇ ਗਏ ਸਨ। 92 ਦੇ ਵਿੱਚ ਚੁਣਾਵ ਹੋਏ, ਅੱਤਵਾਦੀਆਂ ਨੇ ਕਿਹਾ ਅਗਰ ਕੋਈ ਅਕਾਲੀ ਦਲ ਦਾ ਬੰਦਾ ਇਲੈਕਸ਼ਨ ਲੜੇਗਾ ਅਸੀਂ ਉਹਨੂੰ ਗੋਲੀ ਮਾਰ ਦਿਆਂਗੇ। ਬਾਦਲ ਸਾਹਿਬ ਨੂੰ ਅੱਤਵਾਦੀਆਂ ਨੇ ਸੁਨੇਹਾ ਲਾਇਆ ਤੇ ਕਿਹਾ ਕਿ ਅਗਰ ਤੇਰੀ ਪਾਰਟੀ ਦਾ ਕੋਈ ਬੰਦਾ ਚੋਣ ਲੜਿਆ ਤਾਂ ਤੂੰ ਆਪਦੀ ਜਾਨ ਸੋਚਦਾ ਤੇਰੇ ਨਾਲ ਅਸੀਂ ਕੀ ਕਰਾਂਗੇ। ਤੇ ਬਾਦਲ ਸਾਹਿਬ ਜਦੋਂ ਕਾਲੇ ਦਿਨ ਸੀ, ਪੰਜਾਬ ਚੱਲ ਰਿਹਾ ਸੀ, ਪੰਜਾਬ 'ਚ ਅੱਗ ਮੱਚ ਰਹੀ ਸੀ, ਆਪਦੇ ਇਸੇ ਸੁਖਬੀਰ ਪੁੱਤਰ ਬਾਦਲ ਨੂੰ ਅਮਰੀਕਾ ਦੇ ਵਿੱਚ ਭੇਜਤਾ ਤੇ ਆਪ ਬਹਾਨਾ ਮਾਰ ਕੇ ਰੈਸਟ ਹਾਊਸ ਦੇ ਵਿੱਚ ਅਰੈਸਟ ਹੋ ਗਏ। ਫਿਰ ਕੌਣ ਲੜਿਆ? ਇਕੱਲੀ ਕਾਂਗਰਸ ਪਾਰਟੀ। 1992 ਦੇ ਵਿੱਚ ਅਕਾਲੀਆਂ ਨੇ ਬਾਇਕਆਊਟ ਕਰਤਾ, ਲੇਕਿਨ ਕਾਂਗਰਸ ਪਾਰਟੀ ਲੜੀ 300 ਵੋਟਾਂ ਤੇ, 500 ਵੋਟਾਂ ਤੇ ਐਮਐਲਏ ਪੂਰੇ ਪੰਜਾਬ 'ਚ ਬਣੇ। ਕਾਂਗਰਸ ਪਾਰਟੀ ਦਾ ਰਾਜ ਆਇਆ, ਸਰਦਾਰ ਬੇਅੰਤ ਸਿੰਘ ਮੁੱਖ ਮੰਤਰੀ ਬਣੇ ਤੇ ਹੱਸਦਾ ਵੱਸਦਾ ਪੰਜਾਬ। ਇੱਕ ਸਾਲ ਦੇ ਵਿੱਚ ਕਾਂਗਰਸ ਪਾਰਟੀ ਨੇ ਅੱਤਵਾਦ ਦਾ ਖਾਤਮਾ ਕਰਕੇ ਬਰੇਟੇ ਦੀਆਂ ਮੰਡੀਆਂ 'ਚ ਦੁਬਾਰੇ ਰੌਣਕਾਂ ਲੱਗਣ ਲਾਈਆਂ। ਇਹ ਕਾਂਗਰਸ ਪਾਰਟੀ ਦੀ ਦੇਣ ਹੈ। ਮੇਰੇ ਸਰਕਾਰੀ ਭਰਾਓ, ਹਾਂਜੀ, ਇਹ ਰੌਣਕਾਂ ਕਾਂਗਰਸ ਪਾਰਟੀ ਨੇ ਲੱਗਣ ਲਾਈਆਂ ਤੇ ਕੀ ਹੋਇਆ ਸਰਦਾਰ ਬੇਅੰਤ ਸਿੰਘ ਦਾ? ਸਰਦਾਰ ਬੇਅੰਤ ਸਿੰਘ ਵਿਚਾਰੇ ਮੁੱਖ ਮੰਤਰੀ ਪੰਜਾਬ ਆਪ ਅੱਤਵਾਦੀਆਂ ਦੀ ਬਲੀ ਚੜ ਗਏ, ਉਹਨਾਂ ਦੇ ਸਰੀਰ ਦੇ ਚਿਫੜੇ ਉਤਰ ਗਏ, ਲੇਕਿਨ ਉਹਨਾਂ ਨੇ ਹੱਸਦਾ ਵੱਸਦਾ ਪੰਜਾਬ ਦੁਬਾਰੇ ਵਾਪਸ ਲਿਆ ਕੇ ਦਿੱਤਾ। ਮੇਰੇ ਸਰਕਾਰੀਓ ਭਰਾਓ, ਇਹ ਕਾਂਗਰਸ ਪਾਰਟੀ ਹੈ। ਕਾਂਗਰਸ ਪਾਰਟੀ ਨੂੰ ਭੁਲਾਇਆ ਨਹੀਂ ਜਾ ਸਕਦਾ। ਜੋ ਕਾਂਗਰਸ ਪਾਰਟੀ ਦੀ ਦੇਣ ਹੈ ਉਹਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਮੇਰੇ ਸਰਕਾਰੀਓ ਭਰਾਓ, ਤੁਸੀਂ, ਮੈਂ ਮੰਡੀ ਵਾਲਿਆਂ ਨੂੰ ਇੱਕ ਫਰਿਆਦ ਕਰਨੀ ਚਾਹੁੰਦਾ, ਤੁਸੀਂ ਪਿਛੋਕੜ ਵੇਖ ਲਓ, ਤੁਸੀਂ ਪੁਰਾਣਾ ਸਮਾਂ ਵੇਖ ਲਓ। ਅੱਜ ਕੱਲ੍ਹ ਦੇ ਜਿਹੜੇ ਇਹ ਲੋਕ ਹੈ, ਅੱਜ ਕੱਲ੍ਹ ਦੇ ਜਿਹੜੇ ਇਹ ਬੀਜੇਪੀ ਦੇ ਲੋਕ ਜਿਹੜੇ ਕਿ ਨੱਥੂ ਗੋਡਸੇ ਦੀ ਗੱਲ ਕਰਦੇ ਹੈ, ਜਿਹਨਾਂ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ, ਇਹ ਕਹਿੰਦੇ ਹੈ ਕਿ ਅਸੀਂ ਨੱਥੂ ਗੋਡਸੇ ਦਾ ਮੰਦਿਰ ਬਣਾਵਾਂਗੇ। ਸੋ ਮੇਰੇ ਸਰਕਾਰਯੋਗ ਭਰਾਵਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ, ਤਗੜੇ ਹੋ ਜਾਓ, ਆਪਾਂ ਲੜਾਈ ਲੜਨੀ ਹੈ ਔਰ ਇਹਨਾਂ ਜ਼ਾਲਮਾਂ ਦੇ ਖਿਲਾਫ ਲੜਾਈ ਲੜਨੀ ਹੈ ਜਿਹਨਾਂ ਨੇ ਇਸ ਦੇਸ਼ ਨੂੰ, ਇਸ ਪੰਜਾਬ ਨੂੰ ਮੂਰਖ ਬਣਾਉਣ ਦਾ ਕੰਮ ਕੀਤਾ। ਉਹਨਾਂ ਦੇ ਖਿਲਾਫ ਅਸੀਂ ਲੜਾਈ ਲੜਨੀ ਹੈ ਜਿਹਨਾਂ ਸਰਮਾਏਦਾਰਾਂ ਨੇ ਇਸ ਦੇਸ਼ ਨੂੰ ਤੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ, ਤੇ ਉਹਨਾਂ ਦੇ ਖਿਲਾਫ ਲੜਾਈ ਲੜਨੀ ਹੈ। ਸਰਕਾਰੀਓ ਭਰਾਓ, ਤੁਸੀਂ ਹਰਸਿਮਰਤ ਕੌਰ ਬਾਦਲ ਨੂੰ ਵੇਖ ਚੁੱਕੇ ਹੋ, 10 ਸਾਲਾਂ ਦੇ ਵੋਟਾਂ ਪਾ ਰਹੇ ਹੋ, ਬੀਬੀ ਨੂੰ ਕੇਂਦਰੀ ਮੰਤਰੀ ਬਣਾਇਆ, ਤੁਸੀਂ ਦੇਖਿਆ ਫੂਡ ਪ੍ਰੋਸੈਸਿੰਗ ਯੂਨਿਟ ਦਿੱਤਾ, ਕੈਬਨਿਟ ਮੰਤਰੀ ਬਣਾਇਆ, ਲੇਕਿਨ ਮੈਨੂੰ ਨਹੀਂ ਲੱਗਦਾ ਬੁਲਾਡੇ ਬਰੇਟੇ ਮਾਨਸਾ ਕਿਸੇ ਤਰ੍ਹਾਂ ਦਾ ਕੋਈ ਪ੍ਰੋਜੈਕਟ ਬੀਬੀ ਲੈ ਕੇ ਆਈ ਹੋਵੇ, ਕੇਵਲ ਗੱਲਾਂ ਨਾਲ ਲੋਕਾਂ ਨੂੰ ਸਾਰਿਆ। ਬੀਬੀ ਮੈਨੂੰ ਲੱਗਦਾ ਬਰੇਟੇ ਦੀ ਮੰਡੀਆਂ 'ਚ ਕਿਸੇ ਦੁਕਾਨ ਤੇ ਨਹੀਂ ਗਈ ਹੋਣੀ, ਕੋਈ ਨਵਾਂ ਪ੍ਰੋਜੈਕਟ ਨਹੀਂ ਲੈ ਕੇ ਆਏ। ਅੱਜ ਤਾਂ ਇਹ ਬਹਾਨਾ ਮਾਰਦੇ ਆ
ਕਿ ਸਾਡੀ ਸਰਕਾਰ ਨਹੀਂ ਹੈ, ਬਾਦਲ ਸਾਹਿਬ ਦੀ 10 ਸਾਲ ਸਰਕਾਰ ਰਹੀ ਹੈ। ਬਾਦਲ ਸਾਹਿਬ ਦੀ 10 ਸਾਲ ਸਰਕਾਰ ਰਹੀ ਤੇ ਬੀਬੀ ਹਰਸਿਮਰਤ ਕੌਰ ਬਾਦਲ ਉਸ ਵੇਲੇ ਮੰਤਰੀ ਨਹੀਂ ਹੈ, ਕੇਵਲ 2 ਸਾਲਾਂ ਦੀ ਸਰਕਾਰ ਰਹੀ ਹੈ। ਜੇ ਬੀਬੀ ਚੌਧਰੀ ਤਾਂ ਤੁਹਾਡੇ ਬੁਢਲਾਡੇ ਦੇ ਅੰਦਰ, ਬਰੇਟੇ ਦੇ ਅੰਦਰ ਕੋਈ ਨਵਾਂ ਕਾਰਖਾਨਾ ਲੈ ਕੇ ਆ ਸਕਦੀ ਸੀ। ਆਪਦੇ ਮੰਤਰਾਲੇ ਦਾ ਫੂਡ ਪ੍ਰੋਸੈਸਿੰਗ ਯੂਨਿਟ ਦੇ ਤਹਿਤ ਕੋਈ ਵੱਡਾ ਪ੍ਰੋਜੈਕਟ ਲਾ ਸਕਦੀ ਸੀ, ਜਿਹਦੇ ਨਾਲ ਬੱਚਿਆਂ ਨੂੰ ਰੋਜ਼ਗਾਰ ਮਿਲਦਾ, ਲੇਕਿਨ ਕੋਈ ਕੰਮ ਨਹੀਂ ਕੀਤਾ। ਬਿਕੋਜ਼ ਬੀਬੀ ਨੂੰ ਪਤਾ ਹੈ ਕਿ ਮੈਂ ਪੈਸੇ ਦੇ ਬਲਬੂਤੇ ਤੇ ਜਿੱਤਾਂਗੀ, ਕੰਮ ਦੇ ਆਧਾਰ ਤੇ ਨਹੀਂ ਜਿੱਤਾਂਗੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ 2 ਦਿਨ ਹੋ ਗਏ, 2-4 ਦਿਨ ਹੋ ਗਏ ਪਹਿਲਾਂ ਮੈਂ ਬਾਦਲ ਪਿੰਡ ਜਾ ਕੇ ਸੌਂ ਗਿਆ, ਕਿਸੇ ਗਰੀਬ ਦੇ ਘਰੇ ਸੌਂ ਗਿਆ ਜਿਹਦੇ ਮੈਨੂੰ ਟਿਕਟ ਮਿਲੀ ਹੈ, ਤੇ ਸਾਰੇ ਪਰਿਵਾਰ ਨੂੰ ਪਤਾ ਲੱਗ ਗਿਆ ਕਿ ਰਾਜਾ ਤਾਂ ਸਾਡੇ ਪਿੰਡ 'ਚ ਸੁੱਤਾ ਪਿਆ ਹੈ। ਇਹਨਾਂ ਨੇ ਆਪਦੇ ਅਹਿਲਕਾਰ ਭੇਜਦੇ, ਮੈਂ ਕਿਸੇ ਐਸੀ ਭਰਾ ਦੇ ਘਰੇ ਸੁੱਤਾ ਸੀ, ਆਪਦੇ ਅਹਿਲਕਾਰ ਜਦੋਂ ਭੇਜੇ, ਇਹਨਾਂ ਨੇ ਮਾਲੀ ਸਿੰਘ ਨੂੰ ਕਿਹਾ, ਉਹ ਬੰਦੇ ਦਾ ਨਾਮ ਮਾਲੀ ਸਿੰਘ ਸੀ, ਤੇ ਉਹਨੂੰ ਕਹਿੰਦੇ ਮਾਲੀ ਸਿੰਘ ਬਾਹਰ ਆ। ਉਹ ਬਾਹਰ ਗਿਆ ਤੇ ਮਾਲੀ ਸਿੰਘ ਨੂੰ ਕਹਿੰਦੇ ਵੀ ਰਾਜੇ ਨੂੰ ਘਰੋਂ ਕੱਢ ਦੇ। ਉਹ ਕਹਿੰਦਾ ਜੀ ਕਿਉਂ? ਕਹਿੰਦਾ 50,000 ਰੁਪਇਆ ਦੇਵਾਂਗੇ, ਉਹਨੇ ਮੈਨੂੰ ਆ ਕੇ ਦੱਸਿਆ। ਉਹ ਕਹਿੰਦਾ ਮੈਨੂੰ ਖਰੀਦਣ ਆਏ ਹੋ? ਰਾਜਾ ਵੜਿੰਗ ਸਾਡੇ ਘਰੇ ਆਇਆ, ਰਾਜਾ ਵੜਿੰਗ ਸਾਡੇ ਘਰੇ ਆਇਆ, ਅਸੀਂ ਇਹਨੂੰ ਬਿਲਕੁਲ ਨਹੀਂ ਕੱਢਾਂਗੇ। ਤੇ ਮੈਂ ਮਾਲੀ ਸਿੰਘ ਨੂੰ ਕਿਹਾ, ਮੈਂ ਕਿਹਾ ਮੈਂ ਤਾਂ ਗੁਆਂਢੀਆਂ ਦੇ ਸੌ ਜਾਂਦਾ, ਜੇ 50,000 ਤੈਨੂੰ ਮਿਲਦਾ ਸੀ ਤਾਂ ਲੈ ਲੈਣਾ ਸੀ, ਆਪਣਾ ਕੰਮ ਸਰ ਜਾਂਦਾ। ਬਾਦਲ ਪਿੰਡ ਦੀ ਗੱਲ ਸੁਣਾਉਣਾ, ਤੇ ਮੈਂ ਉਹਨਾਂ ਨੂੰ ਪੁੱਛਿਆ ਕਦੇ ਬੀਬੀ ਬਾਦਲ ਆਈ ਹੈ, ਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਵੀ ਕਦੇ ਬੀਬੀ ਬਾਦਲ ਸਾਨੂੰ ਇੱਥੇ ਮਿਲਣ ਵਾਸਤੇ ਨਹੀਂ ਆਏ। ਤੇ ਉਸ ਗਰੀਬ ਨੇ, ਬਾਦਲ ਪਿੰਡ ਦੇ ਉਸ ਗਰੀਬ ਨੇ ਮੈਨੂੰ ਛੋਲੀਏ ਤੇ ਪਨੀਰ ਨਾਲ ਰੋਟੀ ਖਵਾਈ, ਮੈਨੂੰ ਰਾਤ ਨੂੰ ਰਾਇਤਾ ਪਾ ਕੇ ਖਵਾਇਆ। ਮੰਜੇ ਤੇ ਜਦੋਂ ਮੈਂ ਪੈਣ ਲੱਗਿਆ, ਉਸ ਗਰੀਬ ਮਾਂ ਨੇ ਮੈਨੂੰ ਕਿਹਾ, ਤੇਰੇ ਮੁੰਜ ਪੁੱਤ ਚੁੰਬ ਨਾ ਜਾਵੇ, ਮੰਜਾ ਚੁੱਭੇ ਨਾ। ਤੇ ਹੁਣ ਇਹ ਦਰੀ ਵਿਛਾ ਕੇ ਮੈਨੂੰ ਦਿੱਤੀ, ਇੱਕ ਉਹਨਾਂ ਦੇ ਘਰੇ ਪੱਖਾ, ਉਹ ਪੱਖਾ ਰਾਜੇ ਵੜਿੰਗ ਨੂੰ ਲਾ ਕੇ ਦਿੱਤਾ। ਤੇ 12 ਜੀ 5 ਮਰਲਿਆਂ ਦੇ ਘਰ ਦੇ ਵਿੱਚ ਅਸੀਂ ਇਕੱਠੇ ਪੈ ਗਏ, ਤੇ ਰਾਤ ਨੂੰ ਸੁਬਾਹ ਉੱਠ ਕੇ ਮੈਂ ਨਹਾਤਾ, ਬੁਰਸ਼ ਬੁਰਸ਼ ਕਰਕੇ ਮੈਂ ਆ ਗਿਆ। ਤੇ ਅਗਲੇ ਦਿਨ ਬੀਬੀ ਕਹਿਣ ਲੱਗੀ, ਮੈਂ ਜਾਣਾ ਇਹ ਕਰਦਾ, ਕਦੇ ਝੁੱਗੀਆਂ ਵਾਲਿਆਂ ਦੇ ਘਰੇ ਸੌਂਦਾ, ਕਦੇ ਡਕੌਤ ਜਿਹੜੇ ਹੁੰਦੇ ਆ ਤੇਲ ਮੰਗਣ ਵਾਲੇ ਉਹਨਾਂ ਦੇ ਘਰੇ ਸੌਂਦਾ, ਕਦੇ ਵਾਲਮੀਕੀਆਂ ਦੇ ਘਰੇ ਸੌਂਦਾ, ਕਦੇ ਮੰਜੀ ਸਿੰਘ ਭਰਾਵਾਂ ਦੇ ਘਰੇ ਸੌਂਦਾ, ਕਦੇ ਧਾਨਕ ਭਰਾਵਾਂ ਦੇ ਘਰੇ ਸੌਂਦਾ। ਤੇ ਬੀਬੀ ਕਹਿਣ ਲੱਗੀ, ਕਹਿੰਦੀ ਰਾਜਾ ਡਰਾਮੇ ਕਰਦਾ। ਮੈਂ ਕਿਹਾ ਹਾਂ ਮੈਂ ਡਰਾਮੇ ਕਰਦਾ ਬੀਬੀ ਜੀ, ਪਰ ਮੈਂ ਇਹ ਗੱਲ ਚਾਹੁੰਦਾ ਕਿ ਜੇ ਹਰਸਿਮਰਤ ਕੌਰ ਬਾਦਲ ਵੀ ਕਿਸੇ ਗਰੀਬ ਦੇ ਘਰੇ ਸੌਵੇ, ਜੇ ਝੁੱਗੀ ਚ ਸੌਵੇ, ਤਾਂ ਮੈਂ ਲੋਕਾਂ ਨੂੰ ਕਹਿ ਦਿਆਂਗਾ ਕਿ ਸਰਦਾਰ ਬਾਦਲ ਦੀ ਨੂੰਹ ਅੱਜ ਝੁੱਗੀ ਚ ਸੁੱਤੀ ਪਈ ਹੈ, ਜਾਓ ਲੋਕੋ ਇਹਨੂੰ ਵੋਟਾਂ ਪਾ ਦਿਓ। ਮੈਂ ਤਾਂ ਇਹੀ ਵਿਖਾਉਣਾ ਸੀ, ਝੁੱਗੀਆਂ ਵਾਲਿਆਂ ਦਾ ਦੁੱਖ ਵਿਖਾਉਣਾ ਸੀ, ਮੈਂ ਤਾਂ ਗਰੀਬਾਂ ਦਾ ਦੁੱਖ ਵਿਖਾਉਣਾ ਸੀ, ਮੈਨੂੰ ਕੋਈ ਐਂਟੀ ਵੱਧ ਦਾ ਸ਼ੌਂਕ ਨਹੀਂ। ਬੀਬੀ ਜ਼ਰਾ ਜਾ ਕੇ ਸੌਂ ਕੇ ਵੇ, ਉਹਨਾਂ ਗਰੀਬਾਂ ਦੇ ਘਰੇ ਵੇ ਜਿਹਨਾਂ ਦੇ ਰੋਟੀ ਖਾਣ ਨੂੰ ਪੈਸੇ ਨਹੀਂ ਹੈ, ਜਿਹਨਾਂ ਕੋਲ ਲੈਟਰੀਨ ਬਾਥਰੂਮ ਜਾਣ ਨੂੰ ਜਗ੍ਹਾ ਨਹੀਂ ਹੈ, ਇਹਨਾਂ ਦੇ ਕੁੱਤਿਆਂ ਦੇ ਕੋਲੇ ਕੂਲਰ ਲੱਗੇ ਹੈ, ਬਾਦਲ ਦੇ ਕੁੱਤਿਆਂ ਦੇ ਕੂਲਰ ਲੱਗੇ ਹੈ, ਬਾਦਲ ਦੇ ਘੋੜਿਆਂ ਨੂੰ ਏਸੀ ਲੱਗੇ ਹੈ, ਲੇਕਿਨ ਬੰਦਿਆਂ ਕੋਲੇ, ਇਨਸਾਨ ਕੋਲੇ ਸੌਣ ਨੂੰ ਜਗ੍ਹਾ ਨਹੀਂ ਹੈ। ਮੇਰੇ ਸਰਕਾਰੀ ਭਰਾਓ, ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ, ਮੈਂ ਆਪਦੇ ਸਨਮੁੱਖ ਬੇਨਤੀ ਕਰਨਾ ਚਾਹੁੰਦਾ, ਇਸ ਕਰੋ ਦੀ ਮਰੋ ਦੀ ਲੜਾਈ ਦੇ ਵਿੱਚ ਤੁਸੀਂ ਲੋਕ ਸਾਰੇ ਮੇਰਾ ਸਾਥ ਦੇ ਕੇ, ਤੁਸੀਂ ਮੈਨੂੰ ਪਿਆਰ ਦੇ ਕੇ,
ਤੁਸੀਂ ਮੈਨੂੰ ਆਸ਼ੀਰਵਾਦ ਦੇ ਕੇ ਮੈਂ ਇਕੱਲਾ ਲੜ ਨਹੀਂ ਸਕਦਾ ਇਹਨਾਂ ਜ਼ਾਲਮਾਂ ਦੇ ਖਿਲਾਫ, ਤੁਹਾਨੂੰ ਰਾਜਾ ਵੜਿੰਗ ਬਣਨਾ ਪਊਗਾ, ਤੁਹਾਨੂੰ ਰਾਜੇ ਵੜਿੰਗ ਦਾ ਪਿਓ ਬਣਨਾ ਪਊਗਾ, ਤੁਹਾਨੂੰ ਰਾਜੇ ਵੜਿੰਗ ਦੀ ਮਾਂ ਬਣਨਾ ਪਊਗਾ, ਤੁਹਾਨੂੰ ਰਾਜੇ ਵੜਿੰਗ ਦਾ ਭਰਾ ਬਣਨਾ ਪਊਗਾ, ਰਿਸ਼ਤੇਦਾਰਾਂ ਚ ਕਹਿਣਾ ਪਊਗਾ, ਕਹਿ ਦਿਓ ਕਿ ਰਾਜਾ ਵੜਿੰਗ ਸਾਡਾ ਪੁੱਤ ਹੈ। ਇੱਕ ਇੱਕ ਬੰਦੇ ਨੇ ਸੁਨੇਹਾ ਲਾਤਾ ਤੇ ਦੁਨੀਆਂ ਦੀ ਕੋਈ ਤਾਕਤ ਰਾਜੇ ਵੜਿੰਗ ਨੂੰ ਹਰਾ ਨਹੀਂ ਸਕਦੀ, ਦੁਨੀਆਂ ਦੀ ਕੋਈ ਤਾਕਤ ਰਾਜੇ ਵੜਿੰਗ ਨੂੰ ਹਰਾ ਨਹੀਂ ਸਕਦੀ। ਸੋ ਮੇਰੇ ਸਤਿਕਾਰਯੋਗ ਭਰਾਓ, ਵੋਟ ਪਾਉਣ ਤੋਂ ਪਹਿਲਾਂ ਆਪਦੇ ਗੁਰੂ ਨੂੰ ਹਾਜ਼ਰ ਨਾਜ਼ਰ ਰੱਖ ਕੇ, ਆਪਦੇ ਦਿਲ ਤੇ ਹੱਥ ਰੱਖ ਕੇ, ਤੁਸੀਂ ਅੱਖਾਂ ਬੰਦ ਕਰਕੇ ਆਪਦੇ ਮਨ ਦੇ ਵਿੱਚ ਖਿਆਲ ਰੱਖ ਕੇ ਵੋਟ ਪਾਉਣੀ ਹੈ। ਔਰ ਅਗਰ ਖਿਆਲ ਤੁਹਾਡੇ ਪੁੱਤ ਦਾ ਆਵੇ ਤਾਂ ਕਿਰਪਾ ਜ਼ਰੂਰ ਕਰਿਓ ਜੋ, ਅਗਰ ਖਿਆਲ ਕਿਸੇ ਹੋਰ ਦਾ ਆਵੇ ਤਾਂ ਬੇਸ਼ੱਕ ਕਿਰਪਾ ਨਾ ਕਰਿਓ। ਪਰ ਮੈਂ ਤੁਹਾਨੂੰ ਇੱਕ ਹੀ ਗੱਲ ਕਹਿਣਾ ਚਾਹੁੰਦਾ, ਬਰੇਕੇ ਵਾਲਿਓ, ਮੈਨੂੰ ਬੰਦੇ ਦਾ ਪੁੱਤ ਨਾ ਦਿਓ। ਆ ਜਿੰਨੇ ਕੰਮ ਮੇਰੇ ਭਰਾ ਨੇ ਗਿਣਾਏ ਹੈ, ਅਗਰ ਮੈਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲ ਗਿਆ, ਤੁਸੀਂ ਫਕਰ ਮਹਿਸੂਸ ਕਰੋਗੇ। 546 ਐਮਪੀਆਂ ਚੋਂ ਇਕੱਲਾ ਤੁਹਾਡਾ ਭਰਾ ਤੇ ਤੁਹਾਡਾ ਪੁੱਤ ਜਦੋਂ ਬਰੇਕੇ ਦੀ ਗੱਲ ਕਰੇਗਾ, ਤੁਹਾਡਾ ਸੀਨਾ ਚੌੜਾ ਹੋ ਜਾਇਆ ਕਰੇਗਾ, ਤੁਹਾਡੇ ਕੰਮਾਂ ਦੀ ਲੜਾਈ ਲੜਾਂਗਾ। ਸੋ ਇੰਨੇ ਸ਼ਬਦਾਂ ਦੇ ਨਾਲ ਹਾਜ਼ਰੀ ਕਰੋ ਪ੍ਰਵਾਨ, ਮੇਰਾ ਕਈ ਥਾਈਂ 3 ਪ੍ਰੋਗਰਾਮ ਬਠਿੰਡੇ ਦਿੱਤੇ ਹੋਏ ਹੈ, ਮੌਸਮ ਖਰਾਬ।